ਵਿਆਹ ਤੋਂ ਖੁਸ਼ੀ ਖੁਸ਼ੀ ਪਰਤਦੇ ਇੱਕ ਘਰ ਦੇ ਵਿੱਚ ਉਦੋਂ ਮਾਤਮ ਪਸਰ ਗਿਆ ਜਦੋਂ ਚਚੇਰੇ ਭਰਾ ਨੇ ਆਪਣੇ ਹੀ ਭਰਾ ਨੂੰ ਗੋਲੀ ਮਾਰ ਦਿੱਤੀ। ਗੋਲੀ ਨੌਜਵਾਨ ਦੇ ਸਿਰ 'ਚ ਲੱਗੀ ਜਿਸ ਕਰਕੇ ਉਹ ਜ਼ਖਮੀ ਹੋਇਆ ਤੇ ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਇਸ ਨੌਜਵਾਨ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਦੋ ਧਿਰਾਂ ਵਿਚਾਲੇ ਗੈਂਗਵਾਰ ਹੋਈ ਸੀ ਜਿਸ ਵਿੱਚ ਚਚੇਰਾ ਭਰਾ ਵੀ ਸੀ। ਪਰਿਵਾਰ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਚਚੇਰੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਦੇ ਪੁੱਤ ਨੂੰ ਮਾਰਿਆ, ਗੋਲੀ ਮਾਰੀ ਹੈ, ਉਹ ਵੀ ਜਦੋਂ ਵਿਆਹ ਤੋਂ ਵਾਪਸ ਪਰਤ ਰਹੇ ਸੀ। ਜਦਕਿ ਇੱਥੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਗੈਂਗ ਵਾਰ ਹੋਈ ਹੈ। ਮਾਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਦਾ ਆ ਜਿੱਥੇ ਗੋਲੀਆਂ ਚੱਲੀਆਂ ਅਤੇ ਗੋਲੀ ਇੱਕ ਨੌਜਵਾਨ ਦੇ ਸਿਰ 'ਚ ਲੱਗੀ ਜਿਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਪਰ ਇੱਥੇ ਉਸਨੇ ਦਮ ਤੋੜ ਦਿੱਤਾ। ਇਸ ਨੌਜਵਾਨ ਦੀਆਂ ਭੈਣਾਂ ਦਾ ਰੋ ਰੋ ਬੁਰਾ ਹਾਲ ਹੈ, ਪਰਿਵਾਰ ਵੀ ਤਾਹਾ ਮਾਰ ਮਾਰ ਰੋ ਰਿਹਾ ਹੈ। ਪਰਿਵਾਰ ਦੇ ਵੱਲੋਂ ਇੱਥੇ ਪੁਲਿਸ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਜੇ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਉਹਨਾਂ ਨੂੰ ਆਪਣੇ ਪੁੱਤ ਲਈ ਇਨਸਾਫ ਚਾਹੀਦਾ ਹੈ। ਮ੍ਰਿਤਕ ਦਾ ਨਾਮ ਸਾਗਰ ਦੱਸਿਆ ਜਾ ਰਿਹਾ ਹੈ, ਜੋ ਕਿ ਆਪਣੇ ਪਰਿਵਾਰ ਦੇ ਨਾਲ ਕਿਸੇ ਵਿਆਹ ਦੇ ਫੰਕਸ਼ਨ 'ਚ ਗਿਆ ਸੀ ਤੇ ਉੱਥੋਂ ਜਦੋਂ ਵਾਪਸ ਪਰਤ ਰਹੇ ਸੀ ਕਾਰ ਦੇ ਵਿੱਚ ਸਵਾਰ ਸਨ ਤਾਂ ਕਾਰ ਦੇ ਵਿੱਚ ਹੀ ਇਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਭੈਣ ਨੇ ਦੱਸਿਆ ਹੈ ਕਿ ਗੋਲੀ ਚਚੇਰੇ ਭਰਾ ਦੇ ਵੱਲੋਂ ਚਲਾਈ ਗਈ ਹੈ, ਉਹ ਆਪਣੇ ਸਾਥੀਆਂ ਨਾਲ ਆਇਆ ਸੀ ਤੇ ਗੋਲੀ ਮਾਰ ਕੇ ਫਰਾਰ ਹੋ ਗਿਆ। ਪੁਲਿਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਤੇ ਉਹਨਾਂ ਨੂੰ ਆਪਣੇ ਭਰਾ ਲਈ ਇਨਸਾਫ ਚਾਹੀਦਾ ਹੈ। ਜੀ ਅਸੀਂ ਵਿਆਹ ਤੋਂ ਆਏ ਸੀ, ਵੀ ਇਹ ਸਾਰੇ ਮੁੰਡੇ ਨਾਲ ਹੈਗੇ ਸੀ, ਵੀ ਬਾਂਸੀਗੜ ਗੋਲੀ ਚੱਲੀ ਏ, ਇਹ ਗੱਡੀ 'ਚ ਵੱਜੀ ਗੋਲੀ। ਇਹ ਦੋ ਇਹ ਜਸਪਾਲ ਸੁੱਖੂ ਤੇ ਸੁੱਚਾ ਤੇ ਇੱਕ ਦਲੇਰੀ, ਇੱਕ ਤਾਂ ਚਾਚੇ ਦਾ ਮੁੰਡਾ ਤੇ ਬਾਕੀ ਵਿਆਰਾ ਵਗੈਰਾ ਹੈਗੇ ਸੀ ਨਾਲ। ਹਾਂਜੀ, ਚਾਚੇ ਦੇ ਮੁੰਡੇ ਨੇ ਮਾਰੀ ਏ ਗੋਲੀ। ਹਾਂਜੀ, ਕੋਈ ਇਹਨਾਂ ਨਾ ਪਤਾ ਨੀ ਹੁਣ ਇਹਨਾਂ ਦੀ ਲਾਗ ਡਾਟ ਸੀ ਕਿ ਵੈਸੇ ਹੀ ਇਹਨਾਂ ਨਾਲ ਕੀ ਕਰਦੇ ਸੀ। ਮੇਰਾ ਭਰਾ ਵੀ ਕੋਲਾ ਪਾਲਾ ਹੈਗਾ ਸੀ, ਉਹਨੂੰ ਗੱਲਾਂ 'ਚ ਲਿਆ ਤਾ ਇਹਨਾਂ। ਹਾਂਜੀ, ਇਹ ਜੇਲ 'ਚ ਰਹਿ ਕੇ ਆਏ ਨੇ, ਕਤਲ ਦਾ ਨੀ ਪਤਾ। ਬੱਗੀ ਨੇ ਨੀ ਸਾਡੇ ਨੇ ਕੀਤਾ, ਵੀ ਬਾਕੀ ਮੁੰਡਿਆਂ ਦਾ। ਕਾਰਨ ਕੀ ਲੱਗਣਾ, ਮੇਰੇ ਭਰਾ ਨੇ ਇੰਨਾ ਮਾਰ ਕੇ ਸੁੱਟ ਦਿੱਤਾ ਹੈ, ਬਸ ਹੁਣ ਅਸੀਂ ਕਾਰਵਾਈ ਕਰਨੀ ਹੈ, ਬਸ ਵੀ ਸਾਨੂੰ ਕਾਨੂੰਨ ਮਿਲੇ, ਵੀ ਸਾਨੂੰ ਇਨਸਾਫ ਚਾਹੀਦਾ। ਹਾਂਜੀ ਹਾਂਜੀ, ਮੌਤ ਹੋ ਗਈ, ਛੋਟਾ ਆ ਭਤੀਜਾ ਸਾਡਾ, ਮੇਰਾ ਮਾਂ ਪਿਓ ਰੁਲਦਾ ਫਿਰਦਾ, ਸਾਰਾ ਕੁਝ ਵੇਚ ਕੇ ਲਾਤਾ, ਉਹਨਾਂ ਕੁਝ ਵੀ ਨਹੀਂ ਦਿੱਤਾ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਇਹ ਚਚੇਰਾ ਭਰਾ ਰੰਜਿਸ਼ ਰੱਖਦਾ ਸੀ ਤੇ ਰੰਜਿਸ਼ ਦੇ ਚੱਲਦੇ ਹੀ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮਾਪਿਆਂ ਦੀ ਅੱਖਾਂ ਸਾਹਮਣੇ ਹੀ ਪੁੱਤ ਦੇ ਸਿਰ 'ਚ ਗੋਲੀ ਮਾਰੀ ਤੇ ਫਿਰ ਹਸਪਤਾਲ 'ਚ ਵੀ ਅੱਖਾਂ ਦੇ ਸਾਹਮਣੇ ਹੀ ਉਸਨੇ ਦਮ ਤੋੜ ਦਿੱਤਾ। ਮਾਪਿਆਂ ਦਾ ਹਾਲ ਦੇਖ ਨਹੀਂ ਹੋ ਰਿਹਾ ਤੇ ਭੈਣਾਂ ਵੀ ਰੋ ਰੋ ਕੇ ਬੇਹਾਲ ਹੋ ਗਈਆਂ ਨੇ ਤੇ ਆਪਣੇ ਭਰਾ ਲਈ ਇਨਸਾਫ ਮੰਗ ਰਹੀਆਂ ਨੇ। ਨਹੀਂ ਸਰ, ਗੋਲੀਆਂ ਮਾਰ ਕੇ ਕੀਤਾ, ਇਹਨਾਂ ਦੇ ਨਾਲ ਹੀ ਮੁੰਡੇ ਸੀਗੇ, ਨਾਲ ਹੀ ਮੁੰਡੇ ਸੀ, ਆਪ ਹੀ ਇਹਨਾਂ ਨੇ ਕੀਤਾ ਇਹ ਵਾਕਾ ਗੱਡੀ ਦੇ ਵਿੱਚ ਹੀ ਸੀਗਾ। ਹਾਂਜੀ, ਅਸੀਂ ਮੈਰਿਜ ਤੋਂ ਵਾਪਸ ਆਏ ਸੀਗੇ ਉਦਨ, ਮੇਰੇ ਹਾਂਜੀ ਉਹ ਵੀ ਮੁੰਡੇ ਨਾਲ ਹੀ ਸੀਗੇ। ਹਾਂਜੀ, ਉਹ ਵੀ ਮੈਰਿਜ ਤੇ ਗਏ ਸੀਗੇ ਨਾਲ, ਤੇ ਰਾਹ 'ਚ ਇਹਨਾਂ ਨੇ ਆਪ ਹੀ ਮਤਲਬ ਮੁੰਡੇ ਮੰਡੇ ਬੁਲਾ ਕੇ ਤੇ ਆਪ ਹੀ ਇਹਨਾਂ ਨੇ ਕੀਤਾ ਹੈ, ਜੋ ਕੁਛ ਕੀਤਾ ਹੈ। ਹਾਂਜੀ, ਫਾਇਰਿੰਗ ਕੀਤੀ ਹੈ। ਹਾਂਜੀ, ਗੱਡੀ ਦੇ ਵਿੱਚ ਹੀ, ਡੇਢ ਮਹੀਨਾ ਹੋ ਗਿਆ ਸਰ ਸਾਨੂੰ। ਹਾਂਜੀ, ਰੰਜਿਸ਼ ਬਸ ਐਵੇਂ ਬਿਨਾਂ ਗੱਲ ਤੋਂ ਲੜਾਈਆਂ, ਬਸ ਆਪਸ ਚ ਰਹਿ ਕੇ ਲੜਾਈਆਂ ਵੀ ਕਰਨੀਆਂ ਨਾਲ ਇਕੱਠੇ ਵੀ ਰਹਿਣਾ, ਬਸ ਪਤਾ ਨੀ ਕਿਹੜੀ ਗੱਲ ਦੀ ਰੰਜਿਸ਼ ਕਰਨੀ। ਹਾਂਜੀ,
ਮਰਮਾਨ ਮਸਤੀ ਉਹਨਾਂ ਨਾਲ ਰੱਖਿਆ ਸੀਗਾ, ਪਹਿਲੇ ਨਾਲ ਤੁਰੇ ਫਿਰੇ, ਨਾਲ ਖਾਂਦੇ ਪੀਂਦੇ ਨੇ, ਬਸ ਪਤਾ ਨੀ ਕਿਹੜੀ ਗੱਲ ਦੀ ਰੰਜਿਸ਼ ਕੱਢੀ ਹੈ। ਹਾਂਜੀ ਹੈਗੇ ਵੀ ਰਿਸ਼ਤੇਦਾਰ ਨੇ ਸਾਡੇ, ਸਕੇ ਰਿਸ਼ਤੇਦਾਰ। ਹਾਂਜੀ ਤੇ ਸਰ ਡੇਢ ਮਹੀਨਾ ਹੋ ਗਿਆ, ਡੇਢ ਮਹੀਨਾ ਹੋ ਗਿਆ ਮੁੰਡੇ ਨੂੰ ਲੈ ਕੇ ਤੁਰੇ ਫਿਰਦੇ ਆ, ਇੰਨਾ ਪੈਸਾ ਲੱਗ ਗਿਆ, ਕੋਈ ਆਣ ਕੇ ਵੱਟੀ ਨੀ ਮਾਈ, ਨਾ ਹੀ ਕੋਈ ਪੁਲਿਸ ਵਾਲੇ ਨੇ ਕਾਰਵਾਈ ਕੀਤੀ, ਨਾ ਹੀ ਅੱਜ ਤੱਕ ਹਲੇ ਤੱਕ ਬੰਦੇ ਫੜੀਚੇ, ਜਿਹੜੇ ਵੀ ਗਏ ਨੇ ਕੋਈ ਨੀ ਫੜੀਚੇ। ਹਾਂਜੀ 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 ਫਰਾਰ ਨੇ, ਹਲੇ ਤੱਕ ਡੇਢ ਮਹੀਨਾ ਹੋ ਗਿਆ, ਮੁੰਡਾ ਸਾਡਾ ਪੂਰਾ ਹੋ ਗਿਆ ਤੇ ਕਾਰਵਾਈ ਹਲੇ ਤੱਕ ਨੀ ਹੋਈ, ਬਸ ਸਾਨੂੰ ਇਹ ਸਰ ਵੀ ਸਾਨੂੰ ਕੁਛ ਨੀ, ਸਾਨੂੰ ਇਨਸਾਫ਼ ਚਾਹੀਦਾ, ਠੀਕ ਹੈ ਨਾ। ਉਸ ਬੰਦੇ ਦੇ ਵਿੱਚੋਂ ਪਤਾ ਨੀ ਤਿੰਨ ਕਤਲ, ਤਿੰਨ ਚਾਰ ਕਤਲ ਹੋ ਗਏ ਨੇ। ਹਾਂਜੀ ਬਟ ਇਹ ਨੀ ਪਤਾ ਸਾਨੂੰ ਉਹਨੇ ਕੀਤਾ ਕਿ ਨਹੀਂ, ਬਟ ਸਾਡੇ ਮੁੰਡੇ ਨੂੰ ਗੋਲੀ ਉਹਨੇ ਮਾਰੀ। ਇਹ ਜੀ 19/5/24 ਨੂੰ ਇੱਕ ਜਿਹੜਾ ਸਾਗਰ ਪੁੱਤਰ ਜੱਸਾ ਵਾਸੀ ਬਸਤੀ ਬਾਗਵਾਲੀ ਜਿਹੜਾ ਅਲੀਕੇ ਰੋਡ ਫਿਰੋਜ਼ਪੁਰ ਸ਼ਹਿਰ, ਉਹਨੂੰ ਜਿਹੜਾ ਇੱਕ ਸੁੱਖੂ ਨਾਂ ਦਾ ਜਿਹੜਾ ਇੱਕ ਲੜਕਾ ਸੀਗਾ ਔਰ ਇੱਕ ਸੀਗਾ ਨਾਲ ਰਾਜਵੀਰ, ਇਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਅਣਪਛਾਤੇ ਸੀਗੇ, ਇਹਨਾਂ ਨੇ ਮਤਲਬ ਫਾਇਰਿੰਗ ਕੀਤੀ ਸੀਗੀ ਅਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਸ ਟਾਈਮ ਐਡਮਿਟ ਸੀਗਾ, ਉਦੋਂ 307 IPC ਤਹਿਤ ਜਿਹੜਾ ਪਰਚਾ ਦਿੱਤੇ 25/27 ਅਸਲਾਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀਗਾ, 223/24 ਜਿਹੜਾ ਮੁਕੱਦਮਾ ਥਾਣਾ ਸਿਟੀ ਫਿਰੋਜ਼ਪੁਰ ਦਰਜ ਹੈਗਾ ਅਤੇ ਦੌਰਾਨੇ ਇਲਾਜ ਜਿਹੜੀ ਆ ਉਹਦੀ ਸਾਗਰ ਦੀ ਜਿਹੜਾ ਮਜਰੂਬ ਸੀਗਾ ਜਿਹਦੇ ਗੋਲੀ ਵੱਜੀ ਸੀ ਉਹਦੀ ਕੱਲ੍ਹ ਡੈਥ ਹੋ ਗਈ ਸੀ, ਜਿਸ 'ਤੇ ਜਿਹੜਾ ਮੁਕੱਦਮਾ ਦੇ ਵਿੱਚ ਜਿਹੜਾ 302 IPC ਦਾ ਵਾਧਾ ਕੀਤਾ ਗਿਆ ਅਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਅਮਲੇ ਵਿੱਚ ਲਿਆਂਦੀ ਜਾ ਰਹੀ। ਦੋਸ਼ੀਆਂ ਦੀ ਅਰੈਸਟ ਬਾਕੀ ਆ, ਰੇਡ ਕਰ ਰਹੇ ਹਾਂ, ਜਲਦੀ ਫੜ ਲਵਾਂਗੇ। ਦੋ ਬੰਦੇ ਪਾਏ ਨੇ ਜੀ, ਬਾਕੀ ਅਣਪਛਾਤੇ।